ਜਿਹੜਾ ਕਿਸੇ ਇੱਕ ਐਸੀ ਸ਼ਕਤੀ ਨੂੰ ਮੰਨਦਾ ਹੋਵੇ ਜਿਹਨੇ ਇਹ ਧਰਤੀ ਬਣਾਈ ਆ, ਜਿਹਨੇ ਇਹ ਸਮਾਜ ਬਣਾਇਆ, ਜਿਹਨੇ ਇਹ ਕੁਦਰਤ ਦੇ ਵਿੱਚ ਸਾਰਾ ਕੁਝ ਬਣਾਇਆ ਹੋਇਆ, ਕਿਸੇ ਨਾ ਕਿਸੇ ਸ਼ਕਤੀ ਨੂੰ ਹਰ ਸਾਰੇ ਮਨੁੱਖ ਮੰਨਦੇ ਆ। ਹੁਣ ਜਿਵੇਂ ਜਿਵੇਂ ਕਿਸੇ ਮਜ਼ਹਬ ਨੂੰ ਧਰਮ ਨੂੰ ਪਤਾ ਲੱਗਿਆ, ਉਹਨੇ ਉਸ ਸ਼ਕਤੀ ਨੂੰ ਆਪਣੇ ਨਜ਼ਰ ਦੇ ਨਾਲ ਆਪਣਾ ਓਪੀਨੀਅਨ ਉਹਦੇ ਸੰਬੰਧ ਵਿੱਚ ਦਿੱਤਾ। ਉਹ ਓਪੀਨੀਅਨ ਦੇਣ ਵਾਲੇ ਦੇ ਜਿਹੜੇ ਫੋਲੋਅਰ ਸੀ, ਮੈਂ ਫਿਰ ਇਸ ਗੱਲ ਨੂੰ ਰਿਪੀਟ ਕਰਦਿਆਂ ਸਟੇਟਮੈਂਟ ਨੂੰ, ਇੱਕ ਐਸੀ ਸ਼ਕਤੀ ਜਿਹਨੇ ਇਹ ਪੂਰਾ ਵਰਲਡ, ਪੂਰਾ ਸੰਸਾਰ, ਪੂਰੀ ਕੁਦਰਤ, ਜੋ ਕੁਝ ਵੀ ਦਿਖਦਾ ਪਸਾਰਾ ਹੈ, ਇਹ ਜੋ ਕੁਝ ਦਿਖਿਆ ਬੰਦੇ ਨੇ ਇਹ ਸਮਝਿਆ ਕਿ ਇਹਨੂੰ ਇੱਕ ਪਾਵਰ ਨੇ ਬਣਾਇਆ, ਇੱਕ ਸ਼ਕਤੀ ਨੇ ਬਣਾਇਆ। ਔਰ ਉਹ ਸ਼ਕਤੀ ਕਿਹੜੀ ਆ, ਇਸ ਨੂੰ ਬਣਾਉਣ ਵਾਲਾ ਕੌਣ ਹੈ, ਹਰ ਇੱਕ ਬੰਦੇ ਨੇ ਆਪਣੀ ਅਕਲ ਦੇ ਨਾਲ, ਆਪਣੇ ਨਜ਼ਰੀਏ ਦੇ ਨਾਲ ਓਪੀਨੀਅਨ ਦਿੱਤਾ। ਔਰ ਓਪੀਨੀਅਨ ਨੂੰ ਮੰਨਣ ਵਾਲੇ ਜਿਹੜੇ ਉਸ ਬੰਦੇ ਦੇ ਫੋਲੋਅਰ ਸੀ, ਹੌਲੀ ਹੌਲੀ ਜਦੋਂ ਇੱਕ ਵੱਡਾ ਗਰੁੱਪ ਬਣ ਗਿਆ, ਉਹ ਇੱਕ ਇਹ ਵੱਖਰਾ ਮਜ਼ਹਬ ਬਣ ਗਿਆ। ਇਸ ਤਰ੍ਹਾਂ ਉਸ ਵੱਡੀ ਸ਼ਕਤੀ ਨੂੰ ਕਿਸੇ ਨੇ ਕੋਈ ਨਾਮ ਦਿੱਤਾ, ਕਿਸੇ ਨੇ ਕੋਈ ਨਾਮ ਦਿੱਤਾ। ਜਿਵੇਂ ਜਿਵੇਂ ਕਿਸੇ ਨੇ ਨਾਮ ਦਿੱਤਾ, ਉਹ ਨਾਮ ਨੂੰ ਮੰਨਣ ਵਾਲੇ ਜਿੰਨੇ ਵੀ ਉਸ ਦੇ ਪਿੱਛੇ ਚੱਲਣ ਵਾਲੇ ਉਹਦੇ ਫੋਲੋਅਰ ਸੀ, ਉਹਨਾਂ ਨੂੰ ਇੱਕ ਮਜ਼ਹਬ ਜਾਂ ਅੱਜ ਦੀ ਧਰਮ ਭਾਸ਼ਾ ਦੇ ਵਿੱਚ ਧਰਮ ਵੀ ਕਿਹਾ ਜਾਂਦਾ ਹੈ, ਕਿ ਧਰਮ ਮਜ਼ਹਬ ਫਿਰਕੇ ਬਹੁਤ ਸਾਰੇ ਬਣ ਗਏ। ਅਤੇ ਹਰ ਇੱਕ ਬੰਦੇ ਨੇ ਆਪਣੀ ਅਕਲ ਦੇ ਨਾਲ ਉਸ ਸ਼ਕਤੀ ਨੂੰ ਵਰਣਨ ਕੀਤਾ। ਹੁਣ ਬੰਦੇ ਦੀ ਜਿੰਨੀ ਕੁ ਮੱਤ ਸੀ, ਉਹੋ ਜਿਹੇ ਤਰੀਕੇ ਦੇ ਨਾਲ ਉਸ ਸ਼ਕਤੀ ਦਾ ਜਿਹੜਾ ਜ਼ਿਕਰ ਕੀਤਾ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਤੱਤਾਂ ਦੀ ਪੂਜਾ ਹੋਣ ਲੱਗੀ ਆ, ਜਿਵੇਂ ਤੱਤ ਨੇ, ਹਵਾ, ਪਾਣੀ, ਪੰਜ ਤੱਤ ਨੇ ਜਿਹੜੇ, ਹਵਾ ਹੈ, ਪਾਣੀ ਹੈ, ਧਰਤੀ ਆ, ਮਿੱਟੀ ਜਿਹੜੀ, ਇਸੇ ਤਰ੍ਹਾਂ ਸੂਰਜ ਹੈ, ਇਸ ਤੋਂ ਇਲਾਵਾ ਚੰਦਰਮਾ, ਇਹ ਜਿਹੜੇ ਬਾਹਰਲੇ ਤੱਤ ਦਿਖਦੇ ਸਾਨੂੰ ਕੁਦਰਤ ਦੇ ਵਿੱਚ, ਜਿਹੜੀਆਂ ਚੀਜ਼ਾਂ ਦਿਖ ਰਹੀਆਂ, ਕਿ ਸੂਰਜ ਕਿਵੇਂ ਚੜ੍ਹ ਰਿਹਾ, ਚੰਦਰਮਾ ਕਿਵੇਂ ਆਪਣਾ ਰੋਸ਼ਨੀ ਦੇ ਰਿਹਾ, ਜਲ ਆ ਜਿਹੜਾ, ਇਹ ਸਾਰੇ ਤੱਤਾਂ ਦੀ ਪੂਜਾ ਹੋਣ ਲੱਗੀ ਹੈ। ਇਹ ਤੱਤਾਂ ਦੀ ਪੂਜਾ ਹੋਣ ਦਾ ਕਾਰਨ ਵੀ ਅਸਲ ਵਿੱਚ ਮੰਨਿਆ ਜਾਂਦਾ ਕਿ ਬੰਦੇ ਦੀ ਅਕਲ ਦੀ ਘਾਟ ਸੀ, ਕਿਉਂਕਿ ਜਿੰਨਾ ਕੁ ਬੰਦਾ ਸਮਝਦਾ ਸੀ, ਜਿੰਨਾ ਕੁ ਦੇਖਦਾ ਸੀ, ਉਦੋਂ ਅੱਗੇ ਨਹੀਂ ਸੀ ਵੇਖ ਸਕਦਾ। ਇਸ ਲਈ ਇਸ ਬੰਦੇ ਨੇ ਉਹਨਾਂ ਤੱਤਾਂ ਨੂੰ ਦੇਵਤਾ ਬਣਾ ਕੇ ਪੂਜਿਆ। ਕਈਆਂ ਨੇ ਦੇਵਤੇ ਦੇ ਅਰਥ ਕੁਝ ਦੇਣ ਵਾਲਾ ਵੀ ਕੀਤੇ ਨੇ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁਝ ਦੇਣ ਵਾਲੇ ਸੀ ਜਿਹੜੇ, ਉਹਨਾਂ ਨੂੰ ਦੇਵਤਾ ਕਿਹਾ ਜਾਂਦਾ। ਜਿਵੇਂ ਸੂਰਜ ਧੁੱਪ ਦਿੰਦਾ ਸੀ ਜਾਂ ਸੂਰਜ ਦੀ ਵਜ੍ਹਾ ਨਾਲ ਦਿਨ ਚੜ੍ਹਦਾ ਸੀ, ਰੋਸ਼ਨੀ ਹੁੰਦੀ ਸੀ, ਤਾਂ ਸੂਰਜ ਇੱਕ ਦੇਵਤਾ। ਇੱਦਾਂ ਚੰਦਰਮਾ ਜਿਹੜਾ ਰਾਤ ਦੇ ਹਨੇਰੇ ਵਿੱਚ ਚਾਨਣ ਦਿੰਦਾ ਸੀ, ਅਤੇ ਉਹ ਜਿਹੜਾ ਚੰਦਰਮਾ ਉਹ ਵੀ ਇੱਕ ਦੇਵਤਾ ਬਣ ਗਿਆ। ਇਸੇ ਤਰ੍ਹਾਂ ਪਾਣੀ ਜੀਵਨ ਦੇਣ ਵਾਲਾ, ਹਵਾ, ਇਹ ਸਾਰੇ ਜਿਹੜੇ ਆ ਤੱਤ ਜਿਹੜੇ ਸਾਨੂੰ ਕੁਝ ਨਾ ਕੁਝ ਦਿੰਦੇ ਸੀ, ਇਹਨਾਂ ਨੂੰ ਵੀ ਦੇਵਤਾ ਮੰਨਿਆ ਗਿਆ, ਜਿਹੜੀਆਂ ਜਿਹੜੇ ਸਾਡੀਆਂ ਲੋੜਾਂ ਪੂਰੀਆਂ ਕਰਦੇ ਸੀ। ਇਸ ਤੋਂ ਇਲਾਵਾ ਉਹਨਾਂ ਦੀ ਵੀ ਪੂਜਾ ਕੀਤੀ ਗਈ ਜਿਨ੍ਹਾਂ ਤੋਂ ਭੈ ਸੀ। ਇੱਕ ਤਾਂ ਆਮ ਹੀ ਸਾਡੀ ਜੀਵਨ ਦੇ ਵਿੱਚ ਇੱਕ ਘਟਨਾ ਹੈ ਕਿ ਅਸੀਂ ਪੂਜਦੇ ਉਸ ਨੂੰ ਹਾਂ ਜਿਸ ਤੋਂ ਜਾਂ ਤਾਂ ਸਾਨੂੰ ਡਰ ਹੋਵੇ ਜਾਂ ਲਾਲਚ ਹੋਵੇ, ਅਸੀਂ ਉਹਦੇ ਅੱਗੇ ਨਿਉਂਦੇ ਹਾਂ, ਜਿਹਦੇ ਤਾਂ ਜਾਂ ਤਾਂ ਲਾਲਚ ਹੈ ਜਾਂ ਫਿਰ ਡਰ ਹੈ। ਇਸੇ ਤਰ੍ਹਾਂ ਜਿਵੇਂ ਸੂਰਜ ਦਾ ਲਾਲਚ ਸੀ ਜਾਂ ਸੂਰਜ ਤੋਂ ਕੁਝ ਮਿਲ ਰਿਹਾ ਸੀ ਉਹਨੂੰ ਪੂਜਿਆ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਪੂਜਾ ਹੁੰਦੀ ਹੈ, ਅੱਜ ਵੀ ਹੁੰਦੀ ਹੈ, ਕਿ ਜਿਵੇਂ ਕਈ ਲੋਕ ਸੱਪਾਂ ਨੂੰ ਪੂਜਦੇ ਹੈ, ਸੱਪਾਂ ਦਾ ਡਰ ਹੈ ਸੱਪ ਘਰ ਵਿੱਚ ਨਾ ਆ ਜਾਣੇ, ਇਸ ਲਈ ਸੱਪਾਂ ਦੀ ਵੀ ਪੂਜਾ ਹੁੰਦੀ ਹੈ। ਸ਼ਨੀ ਦੇਵਤਾ ਜਿਹੜਾ ਮੰਨਿਆ ਜਾਂਦਾ, ਅਸਲ ਦੇ ਵਿੱਚ ਸ਼ਨੀ ਗ੍ਰਹਿ, ਜਿਹਨੂੰ ਗ੍ਰਹਿ ਕਿਹਾ ਜਾਂਦਾ ਹੈ, ਕਿ ਗ੍ਰਹਿ ਹੈ ਇਹ ਤਾਂ ਜਿਹਦੇ ਜੀਵਨ 'ਚ ਆ ਗਿਆ ਉਹਦਾ ਸਰਵਨਾਸ਼ ਹੋ ਜਾਂਦਾ ਹੈ, ਉਹਦਾ ਖਾਤਮਾ ਹੁੰਦਾ, ਉਹਨੂੰ ਨੁਕਸਾਨ ਹੁੰਦਾ, ਪਰ ਉਸ ਨੁਕਸਾਨ ਵਾਲੇ ਨੂੰ ਵੀ ਪੂਜਿਆ ਗਿਆ ਕਿਉਂਕਿ ਉਹਦਾ ਡਰ ਹੈ। ਇਸੇ ਤਰੀਕੇ ਦੇ ਨਾਲ ਜਿੱਥੇ ਜਿੱਥੇ ਡਰ ਸੀ ਉਹਨੂੰ ਵੀ ਪੂਜਿਆ ਗਿਆ, ਜਿਹਦੇ ਤਾਂ ਲਾਲਚ ਸੀ ਉਹਨੂੰ ਵੀ ਪੂਜਿਆ ਗਿਆ। ਇਸੇ ਤਰ੍ਹਾਂ ਬੰਦੇ ਨੂੰ ਜਿਵੇਂ ਜਿਵੇਂ ਨਜ਼ਰ ਆਉਂਦਾ ਗਿਆ ਕਿ ਆਹ ਸੰਸਾਰ ਕਿਹਨੇ ਬਣਾਇਆ, ਹੌਲੀ ਹੌਲੀ ਇੱਥੋਂ ਫਿਰ ਤੱਤਾਂ ਦੀ ਪੂਜਾ ਕਰਦਿਆਂ ਕਰਦਿਆਂ ਅਖੀਰ ਰੱਬ ਦੀ ਪੂਜਾ ਬਾਅਦ ਵਿੱਚ ਸ਼ੁਰੂ ਹੋਈ ਹੈ। ਪਹਿਲਾਂ ਤੱਤਾਂ ਨੂੰ ਸਭ ਕੁਝ ਮੰਨਿਆ ਗਿਆ, ਤੱਤਾਂ ਦੀ ਪੂਜਾ ਹੋਈ ਜਾਂ ਨਾ ਹੋਈ, ਪਰ ਤੱਤਾਂ ਨੂੰ ਮੰਨਿਆ ਗਿਆ। ਜਿਹੜੇ ਤੱਤ ਹੈ, ਜਿਹੜੇ ਆ ਸੂਰਜ ਹੈ, ਧਰਤੀ ਹੈ, ਚੰਦ ਹੈ, ਇਹ ਜਿੰਨਾ ਕੁਝ ਹਵਾ, ਪਾਣੀ ਜੋ ਹੈ, ਇਹਨਾਂ ਨੂੰ ਸਭ ਕੁਝ ਦੇਣ ਵਾਲੇ ਮੰਨਿਆ ਗਿਆ ਸੀ। ਪਰ ਹੌਲੀ ਹੌਲੀ ਪਤਾ ਲੱਗਿਆ ਵੀ ਇਹਨਾਂ ਨੂੰ ਬਣਾਉਣ ਵਾਲਾ ਕੋਈ ਹੈ, ਅਤੇ ਬਣਾਉਣ ਵਾਲਾ ਕਿਵੇਂ ਬਣ ਗਏ ਇਹ, ਉਹ ਮਿੱਥ ਮੰਨ ਲਈ ਹਰ ਇੱਕ ਨੇ ਆਪੋ ਆਪਣੇ ਤਰੀਕੇ ਨਾਲ। ਉਹਦਾ ਨਾਂ ਕਿਸੇ ਨੇ ਰੱਬ, ਕਿਸੇ ਨੇ ਪਰਮਾਤਮਾ, ਕਿਸੇ ਨੇ ਅੱਲਾ, ਕਿਸੇ ਨੇ ਈਸ਼ਵਰ, ਕੋਈ ਗੋਡ, ਅਨੇਕਾਂ ਨਾਮ ਉਸ ਸ਼ਕਤੀ ਦੇ ਰੱਖ ਲਏ, ਕਿਸੇ ਨੇ ਪਰਮਾਤਮਾ ਕਹਿ ਦਿੱਤਾ।
ਆਪੋ ਆਪਣੀ ਅਕਲ ਦੇ ਨਾਲ ਆਪੋ ਆਪਣੀ ਨਜ਼ਰ ਦੇ ਨਾਲ ਓਪੀਨੀਅਨ ਦਿੱਤਾ ਔਰ ਉਸ ਸ਼ਕਤੀ ਦਾ ਇੱਕ ਨਾਮ ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਇੱਕ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਕਿ ਆਖਿਰਕਾਰ ਉਹ ਸ਼ਕਤੀ ਕਿਉਂ ਆ, ਅਸੀਂ ਕਿੱਥੋਂ ਆਏ ਹਾਂ। ਹੁਣ ਬੰਦੇ ਨੂੰ ਪੂਰਾ ਭਰੋਸਾ ਨਹੀਂ ਸੀ, ਪੂਰਾ ਪਤਾ ਨਹੀਂ ਸੀ, ਸਾਇੰਸ ਦੇ ਸਾਧਨਾਂ ਦੀ ਘਾਟ ਸੀ, ਇਸ ਕਰਕੇ ਬੰਦਾ ਸੋਚਦਾ ਸੀ ਵੀ ਮੈਂ ਪੈਦਾ ਕਿਵੇਂ ਹੋ ਗਿਆ, ਮੇਰਾ ਸਰੀਰ ਵੱਧਦਾ ਗਰੋਥ ਕਿਵੇਂ ਕਰਦਾ, ਇਹ ਸਾਰਾ ਕੁਝ ਕਿਵੇਂ ਹੋ ਰਿਹਾ। ਇਹ ਸਾਰਾ ਕੁਝ ਹੋ ਰਿਹਾ ਇਹਦਾ ਮਤਲਬ ਹੈ ਵੀ ਪਿੱਛੇ ਕੋਈ ਨਾ ਕੋਈ ਸ਼ਕਤੀ ਕੰਮ ਕਰ ਰਹੀ ਹੈ। ਉਹ ਸ਼ਕਤੀ ਕੀ ਹੈ? ਉਹ ਸ਼ਕਤੀ ਦਾ ਨਾਮ ਉਹੀ ਸ਼ਕਤੀ ਜਿਹਨੇ ਸੰਸਾਰ ਬਣਾਇਆ, ਉਹੀ ਸ਼ਕਤੀ ਹੈ। ਇਸ ਕਰਕੇ ਉਹ ਸ਼ਕਤੀ ਨੂੰ ਕਿਸੇ ਨੇ ਰੱਬ, ਕਿਸੇ ਨੇ ਅੱਲਾ, ਕਿਸੇ ਨੇ ਪਰਮਾਤਮਾ ਕੋਈ ਵੀ ਨਾਮ ਉਹਨੂੰ ਦਿੱਤਾ। ਉਹ ਸ਼ਕਤੀ ਜਦੋਂ ਮੰਨੀ ਗਈ ਫਿਰ ਉਹ ਸ਼ਕਤੀ ਅਸੀਂ ਕਿਉਂ ਪੈਦਾ ਹੋਏ ਹਾਂ, ਕਾਰਨ ਜਦੋਂ ਆਇਆ ਫਿਰ ਕਹਿਣ ਲੱਗੇ ਜੀ ਅਸੀਂ ਇੱਕ ਨਵੀਂ ਵਿਚਾਰ ਚੱਲ ਪਈ ਕਿ ਅਸੀਂ ਉਸ ਸ਼ਕਤੀ ਨੂੰ ਦੁਬਾਰੇ ਮਿਲਣਾ। ਉਸ ਸ਼ਕਤੀ ਨੂੰ ਮਿਲਣਾ ਅਤੇ ਉਹ ਮਿਲਣੋਂ ਕਦੋਂ ਮਿਲੂ? ਕਿਉਂਕਿ ਜੰਮਣ ਤੋਂ ਮਰਨ ਤੱਕ ਦਾ ਤਾਂ ਸਾਨੂੰ ਪਤਾ ਹੈ ਕਿ ਕੋਈ ਐਸੀ ਸ਼ਕਤੀ ਮਿਲਦੀ ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਕਿਸੇ ਨੂੰ ਕੋਈ ਉਹ ਸ਼ਕਤੀ ਜਦੋਂ ਨਹੀਂ ਮਿਲਦੀ ਤਾਂ ਫਿਰ ਉਹ ਸ਼ਕਤੀ ਕਦੋਂ ਮਿਲੂਗੀ? ਉਹਦੇ ਵਾਸਤੇ ਵੀ ਇਹ ਵਿਚਾਰ ਪੈਦਾ ਕਰ ਦਿੱਤੀ ਗਈ ਕਿ ਜਨਮ ਤੋਂ ਪਹਿਲਾਂ ਵੀ ਅਸੀਂ ਉਹਦੇ ਕੋਲ ਸੀ, ਜਨਮ ਮਰਨ ਤੋਂ ਬਾਅਦ ਵੀ ਅਸੀਂ ਉਹਦੇ ਕੋਲ ਜਾਣਾ, ਉਹਨੂੰ ਮਿਲਣਾ। ਇਸ ਤਰ੍ਹਾਂ ਉਹ ਪਰਮਾਤਮਾ ਜਿਹੜਾ ਜਨਮ ਤੋਂ ਪਹਿਲਾਂ ਵੀ ਅਤੇ ਮਰਨ ਤੋਂ ਬਾਅਦ ਦਾ ਵੀ ਉਹ ਬਣਾਇਆ ਗਿਆ। ਇੱਦਾਂ ਬਹੁਤ ਸਾਰੀਆਂ ਵਿਚਾਰਾਂ ਲੋਕਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਉਸ ਪਾਸੇ ਲਾਇਆ ਗਿਆ।